ਦੋਸਤੋ ਕੈਨੇਡਾ ਸਟੱਡੀ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਪ੍ਰੋਸੈਸਿੰਗ ਟਾਈਮ ਹੁਣ 100+ ਡੇ ਦਾ ਹੋ ਚੁੱਕਿਆ ਤੇ ਡੇਲੀ ਬੇਸਿਸ ਦੇ ਉੱਪਰ ਇਹ ਟਾਈਮ ਇਨਕਰੀਜ਼ ਹੁੰਦਾ ਆ ਰਿਹਾ ਇਹ ਉਹ ਐਪਲੀਕੇਸ਼ਨਾਂ ਨੇ ਜਿਹੜੀਆਂ 31 ਦਸੰਬਰ ਤੋਂ ਪਹਿਲਾਂ ਸਬਮਿਟ ਹੋਈਆਂ ਸੀ ਜਾਂ 22 ਜਨਵਰੀ ਤੋਂ ਪਹਿਲਾਂ ਸਬਮਿਟ ਹੋਈਆਂ ਸੀ ਸੋ ਅੱਜ ਇੱਕ ਰੀਸੈਂਟ ਡਿਸੀਜਨ ਆਇਆ ਜਸ਼ਨਦੀਪ ਕੌਰ ਦਾ ਇਹ ਡਿਸੀਜਨ ਆ ਵਿਲੇਜ ਪਿਉਰੀ ਦੇ ਇਹ ਰਹਿਣ ਵਾਲੇ ਆ ਬੈਚਲਰ ਆਫ ਆਰਟਸ 2020 ਦੇ ਵਿੱਚ ਕੀਤੀ ਸੀਗੀ ਉਸ ਤੋਂ ਬਾਅਦ ਵਰਕ ਐਕਸਪੀਰੀਅੰਸ ਹੈਗਾ ਸਿਨੀ ਬੁਆਇੰਟ ਕਮਿਊਨਿਟੀ ਕਾਲਜ ਦੇ ਵਿੱਚ ਬੱਚਾ ਜਾ ਰਿਹਾ 6.5 ਆਇਲਸ ਦਾ ਸਕੋਰ ਆ ਤੇ 104 ਦਿਨ ਦਾ ਸਮਾਂ ਇਹਨਾਂ ਦੀ ਐਪਲੀਕੇਸ਼ਨ ਦੇ ਉੱਪਰ ਲੱਗਿਆ ਸੋ ਜਿਹੜੇ ਸਟੱਡੀ ਵੀਜ਼ਾ ਦੇ ਡਿਸੀਜਨ ਅੱਜ ਤੋਂ 40 45 50 ਦਿਨ ਪਹਿਲਾਂ 25 ਤੋਂ 30 ਦਿਨਾਂ ਦੇ ਵਿੱਚ ਆ ਰਹੇ ਸੀ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੁਣ 104 ਦਿਨ ਦਾ ਹੋ ਚੁੱਕਿਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਇਹ ਉਹ ਐਪਲੀਕੇਸ਼ਨਸ ਨੇ ਜਿਹੜੀਆਂ 31 ਦਸੰਬਰ ਤੋਂ ਪਹਿਲਾਂ ਸਬਮਿਟ ਹੋਈਆਂ ਸੀ ਜਿਹੜੀਆਂ 22 ਜਨਵਰੀ ਤੋਂ ਪਹਿਲਾਂ ਸਬਮਿਟ ਹੋਈਆਂ ਸੀ 22 ਜਨਵਰੀ ਤੋਂ ਬਾਅਦ ਇੱਕਦਮ ਰੋਕ ਸਟੱਡੀ ਵੀਜ਼ਾ ਦੇ ਪ੍ਰੋਸੈਸ ਦੇ ਉੱਪਰ ਲਗਾ ਦਿੱਤੀ ਗਈ ਸੀ ਪ੍ਰਵਿੰਸ ਅਟੈਸਟੇਸ਼ਨ ਲੈਟਰ ਜਿਹੜਾ ਉਹ ਸਟੱਡੀ ਵੀਜ਼ਾ ਦੇ ਵਿੱਚ ਜ਼ਰੂਰੀ ਕਰ ਦਿੱਤਾ ਗਿਆ ਸੀ ਫਿਰ ਵੀ ਕੁਝ ਜਿਹੜੀਆਂ ਮਾਸਟਰ ਵਾਲੀਆਂ ਐਪਲੀਕੇਸ਼ਨ ਸਬਮਿਟ ਹੋਈਆਂ ਸੀ ਬਾਕੀ ਜਿਹੜੀਆਂ ਰੈਸਟ ਆਫ ਐਪਲੀਕੇਸ਼ਨ ਸੀਗੀਆਂ ਉਹ ਹੁਣ ਸਬਮਿਟ ਹੋ ਰਹੀਆਂ ਤੇ ਵਿਦ ਪ੍ਰਵਿੰਸ ਅਟੈਸਟੇਸ਼ਨ ਲੈਟਰ ਸਬਮਿਟ ਹੋ ਰਹੀਆਂ ਸੋ ਇਹਨਾਂ ਦੇ ਡਿਸੀਜਨ ਜਿਹੜੇ ਉਹ ਆਉਣ ਵਾਲੇ ਮਹੀਨੇ ਜਾਂ 2 ਜਾਂ 3 ਮਹੀਨਿਆਂ ਤੱਕ ਆਉਣੇ ਸ਼ੁਰੂ ਹੋਣਗੇ ਕਿਦਾਂ ਦਾ ਸਕਸੈਸ ਰੇਟ ਆਊਗਾ ਕਿਦਾਂ ਦਾ ਪ੍ਰੋਸੈਸਿੰਗ ਟਾਈਮ ਰਹੂਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ ਬਟ ਜੋ ਤਾਜ਼ਾ ਪ੍ਰੋਸੈਸਿੰਗ ਟਾਈਮ ਹੈ April 1st ਵੀਕ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਮਾ ਉਹ ਜੋ ਐਪਲੀਕੇਸ਼ਨਾਂ ਦਸੰਬਰ ਚ ਸਬਮਿਟ ਹੋਈਆਂ ਸੀ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੁਣ 100 ਪਲੱਸ ਦੇ ਦਾ ਹੋ ਚੁੱਕਿਆ 105 ਦਿਨ 110 ਦਿਨ ਐਪਲੀਕੇਸ਼ਨ ਦੇ ਉੱਪਰ ਲੱਗ ਰਹੇ ਨੇ